उपजे बिन सैनी। जैसे जलते बुद बुदा उपजे बिन सैनी। जग रचना ऐसे कहो नानक सुनी। मेरे हर जियो सबको तेरे बस असा जो Thank you.
साधो रचना राम बनाई
मिलकर पाओ
Sahib,
ਇੱਕ ਦਿਨ ਨਿਸ਼ਚਿਤ ਹੈ, ਉਸ ਦਿਨ ਦਾ ਪਤਾ ਨਾ ਲੱਗ ਸਕਿਆ। ਮੌਤ ਦਾ ਕੋਈ ਸਮਾਂ ਨਹੀਂ ਹੈ, ਮ੍ਰਿਤਯੂ ਮੇਰੇ ਪੂਰਪੂਜ ਗੁਰਦੇਵ ਸਵਾਮੀ ਜੀ ਨੇ ਇੱਕ ਇਸ ਸ਼ਬਦ ਦੀ ਵਿਉਤਪਤੀ ਕਰਦਿਆਂ ਇੱਕ ਗੱਲ ਕਹੀ, ਮਾਂ ਰਿਤੂ ਜਿਸ ਦੀ ਕੋਈ ਰਿਤ ਨਹੀਂ। ਪਰ ਸਤਿਗੁਰੂ ਗੁਰਬਾਣੀ ਦੇ ਵਿੱਚ ਬਚਨ ਕਰਨ ਲੱਗੇ, ਰੁੱਤ ਨਾ ਥਿਤ ਨਾ ਵਾਰ ਖਿਆਲੀ ਅਚਾਨਕ ਜਮ ਆਵੀ। ਕੋਈ ਪਤਾ ਨਹੀਂ ਕਿਹੜੀ ਰੁੱਤ ਹੋਏਗੀ, ਕਿਹੜੀ ਤਿਥੀ ਹੋਏਗੀ, ਕਿਹੜਾ ਵਾਰ ਹੋਏਗਾ, ਕਿਹੜਾ ਦਿਨ ਹੋਏਗਾ, ਕਿਹੜਾ ਸਮਾਂ ਹੋਏਗਾ। ਉਹ ਸਮਾਂ ਨਿਸ਼ਚਿਤ ਜ਼ਰੂਰ ਹੈ। ਜੀਵਨ ਦੀਆਂ ਤਿੰਨ ਅਵਸਥਾਵਾਂ ਹਨ, ਦੇਹੀ ਨੂੰ ਅਸਮਿਨ ਦੇਹੀ ਯਥਾ ਕਉ ਮਾਰਮ ਯੌਵਨਮ ਜਰਾ ਤਥਾ ਦੇਹਾਂਤਰ ਪ੍ਰਾਪਤਿ ਸਥਿਰ ਹਤਤ੍ਰਣਾ ਮੋਹਿਯਤੀ। ਜੀਵਨ ਦੀਆਂ ਤਿੰਨ ਅਵਸਥਾਵਾਂ ਹਨ, ਬਾਲਪਨ ਹੈ, ਜਵਾਨੀ ਹੈ, ਬੁਢਾਪਾ ਹੈ। ਪਰ ਇੱਕ ਨਿਸ਼ਚਿਤ ਕ੍ਰਮ ਦੇ ਅਨੁਸਾਰ ਇਹਨਾਂ ਤਿੰਨਾਂ ਅਵਸਥਾਵਾਂ ਦੇ ਵਿੱਚੋਂ ਹੁੰਦੇ ਹੋਏ ਅਖੀਰ ਤੇ ਮ੍ਰਿਤਯੂ ਆਉਣੀ ਹੈ। ਪਰ ਇਹ ਨਿਸ਼ਚਿਤ ਨਹੀਂ ਕਿ ਮੌਤ ਕਿਹੜੀ ਉਮਰ ਦੇ ਵਿੱਚ ਆਵੇਗੀ, ਕਿਹੜੇ ਸਮੇਂ ਆਵੇਗੀ। ਸਤਿਗੁਰੂ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਹੋਏ ਕਹਿਣ ਲੱਗੇ, ਬਨਾਲੇ ਪ੍ਰਿਯ ਸੁਖਵਾਸੀ ਬਾਲ ਗੋਪਾਲੇ ਤੁਝੇ ਬਿਨਾ ਹਮ ਕਿਤੇ ਨਾ ਦੇਖੈ, ਬਚਨ ਦੇ ਛੋੜ ਨਾ ਜੈਸਾ ਹੈ। ਔਰ ਆਤਮਾ ਕੀ ਕਹਿਣ ਲੱਗੀ, ਆਤਮਾ ਕਹਿਣ ਲੱਗੀ, ਫਿਰ ਕਹਿਆ ਹਾਂ ਹੁਕਮੀ ਬੰਦਾ, ਉਹ ਭਾਰੋ ਠਾਕੁਰ ਤਿਸਕਾਮ ਨਾ ਛੰਦਾ, ਜਿੱਧਰ ਰੱਖੈ ਤਿੱਧਰ ਤੁਮ ਸੰਗ ਰਹਿਣਾ। ਆਤਮਾ ਨੇ ਸਰੀਰ ਨੂੰ ਕਿਹਾ, ਜਦ ਤੱਕ ਉਸ ਪਰਮਾਤਮਾ ਨੇ ਮੈਨੂੰ ਇਹ ਹੁਕਮ ਦਿੱਤਾ ਕਿ ਤੇਰੇ ਨਾਲ ਰਹਿਣਾ ਹੈ, ਉਦੋਂ ਤੱਕ ਮੈਂ ਤੇਰੇ ਨਾਲ ਰਹਾਂਗੀ। ਜਿੱਧਰ ਰੱਖੈ ਤਿੱਧਰ ਤੁਮ ਸੰਗ ਰਹਿਣਾ, ਜਾ ਸਦੇ ਤਾ ਊਠ ਸਿਧਾ ਸਾਹੇ। ਫਿਰ ਉਸਨੇ ਸੱਦ ਲਿਆ, ਆਇਆ ਸਦਾ ਪਾਰ ਬ੍ਰਹਮ ਕਾ ਛੋੜ ਚਲਿਆ ਏਕ ਦਿਹਾੜੀ। ਪਰਮੇਸ਼ਵਰ ਦਾ ਸਦਾ ਆ ਗਿਆ, ਬੁਲਾਵਾ ਆ ਗਿਆ। ਜਿਤਨਾ ਉਸਨੇ ਸਮਾਂ ਬਖਸ਼ਿਆ ਸੰਸਾਰ ਦੇ ਵਿੱਚ ਜੀਵਨ ਯਾਪਨ ਕੀਤਾ, ਉਹ ਕਿਹੜੀ ਉਮਰ ਸੀ, ਉਹ ਕਿਹੜਾ ਵੇਲਾ ਸੀ, ਇਸ ਗੱਲ ਦਾ ਚਿੰਤਨ ਕੀਤੇ ਬਿਨਾਂ ਜਦੋਂ ਉਸਦਾ ਬੁਲਾਵਾ ਆ ਗਿਆ, ਜਿਹਾ ਜੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ। ਪਰਮੇਸ਼ਵਰ ਨੇ ਸੰਸਾਰ ਵਿੱਚ ਘੱਲਿਆ, ਪਰਮੇਸ਼ਵਰ ਦੇ ਹੁਕਮ ਦੇ ਵਿੱਚ ਜੀਵਨ ਯਾਪਨ ਕੀਤਾ। ਸਭ ਕੁਝ ਨਿਸ਼ਚਿਤ ਹੈ, ਅਸੀਂ ਜੀਵਨ ਦੇ ਵਿੱਚ ਜੋ ਜੋ ਕੁਝ ਕਰ ਰਹੇ ਹਾਂ ਉਹ ਸਭ ਨਿਸ਼ਚਿਤ ਹੈ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ, ਸਦੇ ਉੱਠੀ ਜਾਏ ਸਾਡੇ ਹੈ ਜੋ ਹੋਵੇ ਸਾਹਿਬ ਸਿਉਂਦੇ। ਜੀਵਾਤਮਾ ਸਾਡੇ ਤੋਂ ਵਿਛੜ ਗਈ, ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏ, ਪਰਿਵਾਰ ਵਿੱਚ ਸੁੱਖ ਸ਼ਾਂਤੀ ਸਮ੍ਰਿੱਧੀ ਦੀ ਕਾਮਨਾ ਕਰਦੇ ਹੋਏ ਗੁਰੂ ਚਰਨਾਂ ਵਿੱਚ ਅਰਦਾਸ, ਆਓ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਆਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸਿੱਧੀ ਮਨ ਵਜੀਆਂ ਵਧਾਰਾ, ਗੁਰੂ ਤਨ ਪਰਵਾਰ ਭਰੀਆਂ ਸ਼ਬਦ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸੁਮਰਤ ਸੁਆਮੀ, ਸੁੱਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਨੂੰ ਹਰਨਾ ਲੇ ਸਾਚੇ ਸਾਹਿਬਾ। ਕਿਆ ਗੁਰੂ ਮਿੱਠੋਂ ਜਿੰਨੇ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਚੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦੁਆਸ ਕੀਤੇ ਕਾਲ ਕੰਠ ਕੁਮਾਰਿਆ, ਤੁਰ ਕਰ ਪਕੁਆ ਤਿਤ ਕਰ ਅਨੰਦ ਵਾਜੇ, ਅਨੰਦ ਸੁਨੋ ਵਡ ਸਗਲ ਮਨੋਰਥ ਪੂਰੇ, ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਆ ਪਰ ਬਿਨਵੰਤ, ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ, ਸੁਣ
ਹਰ ਜਿਉ ਮਰੈ ਨਾ ਜਾਏ ਰਾਮਾ, ਹਰ ਜਿਉ ਮਰੈ ਨਾ ਜਾਏ, ਗੁਰ ਕੈ ਸਹਿਜ ਸੋ ਪਾਏ, ਸਾ ਧਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸ਼ਿੰਗਾਰੀ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਜਿਨ ਆਪੇ ਆਪ ਉਪਾਇਆ, ਨਾਨਕ ਸਦਾ ਪਿਰ ਰਵੇ ਆਪਣਾ, ਜਿਨ ਗੁਰ ਚਰਨੀ ਚਿਤ ਗਾਇਆ, ਪਿਰ ਪੈੜਾ ਬਦੜੀਏ ਅਣਦਿਨ ਸਜੇ ਮਾਤੀ ਰਾਮ, ਗੁਰਮਤੀ ਮਨ ਆਨੰਦ ਪਿਆ, ਤਿਤ ਤਨ ਮੈਲ ਨ ਰਤੀ ਰਾਮ, ਤਿਤ ਤਨ ਮੈਲ ਨ ਰਤੀ ਹਰ ਪ੍ਰਭ ਰਤੀ, ਮੇਰਾ ਪ੍ਰਭ ਮੇਲ ਮਿਲਾਏ, ਅਣ ਦਿਨ ਰਾਵੇ ਹਰ ਪ੍ਰਭ ਆਪਣਾ, ਵਿਚੋਂ ਆਪ ਗਵਾਏ, ਗੁਰਮਤ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੇ, ਨਾਨਕ ਨਾਮ ਮਿਲੈ ਵਡਿਆਈ, ਪ੍ਰਭ ਰਾਵੇ ਰੰਗ ਰਾਤੇ, ਫਿਰ ਰਾਵੇ ਰੰਗ ਰਾਤੜੀਏ, ਫਿਰ ਕਾ ਮਹਿਲ ਤਿਨ ਪਾਇਆ ਰਾਮ, ਸੋ ਸਹੋ ਅਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ, ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ, ਹਰ ਕਾਮਨ ਮਨ ਭਾਣੀ, ਅਣ ਦਿਨ ਗੁਣ ਗਾਵੈ ਨਿਤ ਸਾਚੇ, ਕਥੇ ਅਕਥ ਕਹਾਣੀ, ਜੁਗ ਚਾਰੇ ਸਾਚਾ ਇੱਕੋ ਵਰਤੈ, ਬਿਨ ਗੁਰ ਕਿਨੇ ਨਾ ਪਾਇਆ, ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ, ਕਾਮਨ ਮਨ ਸੋਜੜਾ, ਸਾਜਨ ਮਿਲੇ ਪਿਆਰੇ ਰਾਮ, ਗੁਰਮਤੀ ਮਨ ਨਿਰਮਲ ਹੋਵਾ, ਹਰ ਰੱਖਿਆ ਉਰ ਤਾਰੇ ਰਾਮ, ਹਰ ਰੱਖਿਆ ਉਰ ਤਾਰੇ ਆਪਣਾ ਕਾਰਜ ਸੁਵਾਰੇ, ਗੁਰ ਮੇਰਾ ਕਰਮ ਬੇਦਾਤਾ, ਪ੍ਰੀਤਮ ਮੋਲਿਆ ਮਨ ਮੇਰਾ, ਪਾਇਆ ਕਰਮ ਬੇਦਾਤਾ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ, ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੈ ਸ਼ਬਦ ਸੁਵਾਰੇ, ਸਤਿਗੁਰ ਸੇਵ ਸਦਾ ਆਪਣੇ, ਗੁਰ ਕੈ ਸ਼ਬਦ ਸੁਵਾਰੇ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਸਰਦਾਰ ਲਾਭ ਸਿੰਘ ਸੁਰਗਵਾਸੀ ਔਰ ਮਾਤਾ ਕਰਤਾਰ ਕੌਰ ਜੀ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈ ਗਿਆ। ਕਦੇ ਵੀ ਸਰਦਾਰ ਗੁਰਚਰਨ ਸਿੰਘ ਜੀ, ਉਹਨਾਂ ਦੀ ਪਤਨੀ ਬੀਬੀ ਬਲਜੀਤ ਕੌਰ, ਮੈਂ ਹੈਰਾਨ ਹੁੰਦਾ ਹਾਂ ਪਰਿਵਾਰ ਦੇ ਵਿੱਚ ਇਤਨਾ ਪਿਆਰ, ਇਤਨੀ ਯੂਨਿਟੀ, ਇਤਨੀ ਏਕਤਾ, ਔਰ ਇਹਨਾਂ ਦੇ ਮਾਤਾ ਜੀ ਸ਼੍ਰੀਮਤੀ ਬਲਜੀਤ ਕੌਰ ਨੂੰ, ਜਿਸਦਾ ਨਿੱਕ ਨੇਮ ਰਾਣੀ ਸੀ, ਕਿਆ ਕਰਦੇ ਸੀ, ਇਹ ਰਾਣੀ ਨਹੀਂ, ਇਹ ਘਰ ਦੀ ਮਹਾਰਾਣੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ ਪਰਿਵਾਰਿਕ ਜ਼ਿਆਦਾ ਗੱਲ ਕਰ ਸਕਾਂ। ਮੈਂ ਸਭ ਤੋਂ ਪਹਿਲੇ ਐਸ ਸੀ ਰਲਨ, ਜਿਹੜੇ ਲੁਧਿਆਣਾ ਤੋਂ ਆਏ ਹਨ,
ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਉਣ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ। ਪਰ ਆਉਣ ਵਾਲੇ ਬੁਲਾਰਿਆਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਦੋ ਦੋ ਮਿੰਟ ਅਗਰ ਲਗਾਉਣ ਅਤੇ ਅਸੀਂ ਜਲਦੀ ਤੋਂ ਜਲਦੀ ਸੰਗਤ ਨੂੰ ਭੋਗ ਪਾ ਕੇ ਲੰਗਰ ਛਕਾਉਣਾ ਹੈ। ਔਰ ਸਾਰਿਆਂ ਦੀ ਸੇਵਾ 'ਚ ਬੇਨਤੀ ਹੈ ਕਿ ਘੱਟ ਤੋਂ ਘੱਟ ਸਮਾਂ ਲਾਉਣ। ਰਾਧਨ ਜੀ ਬਹੁਤ ਹੀ ਦੁੱਖ ਵਾਲਾ ਦਿਹਾੜਾ ਹੈ। ਗੁਰਸ਼ਰਨ ਸਿੰਘ ਹੋਣਾ ਨੂੰ ਮੈਂ ਕਈ ਸਾਲਾਂ ਤੋਂ ਜਾਣਦਾ ਹੈ ਔਰ ਇਹਨਾਂ ਨੇ ਜਿੰਨੀ ਸੇਵਾ ਵੀ ਕੀਤੀ ਸੀ ਉਹਨਾਂ ਦੀ ਕੋਈ ਤਬੀਅਤ ਵੀ ਪਿੱਛੇ ਜਾਂ ਖਰਾਬ ਸੀਗੀ, ਬਹੁਤ ਸੇਵਾ ਕੀਤੀ। ਔਰ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਪ੍ਰਭੂ ਇਹ ਡਿਪਾਰਟਡ ਸੋਲ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ, ਸਵਰਗ 'ਚ ਜਗ੍ਹਾ ਦੇ, ਅਤੇ ਸਾਰੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਇਹਨੂੰ ਫੇਸ ਕਰਨ ਵਾਸਤੇ ਤਾਕਤ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰਾਂਗਾ, ਜਿਸ ਤਰ੍ਹਾਂ ਮੇਰੇ ਵੀਰ ਨੇ ਦੋ ਮਿੰਟ ਦੀ ਸ਼ਰਧਾਂਜਲੀ ਦਿੱਤੀ ਹੈ, ਇਸ ਤਰ੍ਹਾਂ ਸਾਡੇ ਦਰਮਿਆਨ ਕਮਲਜੀਤ ਸਿੰਘ ਜੀ ਪਾਟੀਆ ਵੀ ਆਏ ਹਨ, ਉਹਨਾਂ ਨੂੰ ਕਹਾਂਗਾ ਦੋ ਮਿੰਟ ਆਉਣ ਅਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ। ਜੁਗੋ ਜੁਗੋ ਕੱਲ੍ਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਸਤਰ ਬੋਲ ਵਿੱਚ ਸਾਡੇ ਗੁਰੂ ਮੇਰੇ ਸ਼ਾਸਨ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਰੂਹ ਤੋਂ, ਉਸ ਨਿਚਲੀ ਆਤਮਾ ਤੋਂ ਵਰਜਿਤ ਹੋ ਗਏ ਹਾਂ ਜਿਹਨਾਂ ਨੇ ਸੱਚਮੁੱਚ ਜਿੱਥੇ ਸਰਕਾਰ ਜੋ ਸਰਦਾਰ ਗੁਰਸ਼ਰਨ ਸਿੰਘ ਜੀ ਦੇ ਜੀਵਨ ਸਾਥੀ ਬਣ ਕੇ ਉਹਨਾਂ ਨੂੰ ਨਾ ਕੇਵਲ ਸਮਾਜ ਦੀ ਸੇਵਾ 'ਚ ਸਮਰਪਣ ਕੀਤਾ, ਜ਼ਿੰਦਗੀ ਭਰ ਉਹਨਾਂ ਦਾ ਸਾਥ ਦਿੱਤਾ, ਉੱਥੇ ਅਜਿਹੇ ਪਿਆਰ ਛੱਡਦੇ ਥੇ ਜਿਹਨਾਂ ਦਾ ਵਿਛੋੜਾ ਸਹਿਤ ਕਹਿ ਹੈ ਉਹ ਜ਼ਿਆਦਾ ਨਾ ਕਹਿੰਦੇ, ਕਿਉਂਕਿ ਸਰਦਾਰ ਗੁਰਸ਼ਰਨ ਸਿੰਘ ਜੀ ਜਿੱਥੇ ਨਰਸਿੰਗ ਦੇ ਵਿੱਚ ਬਹੁਤ ਵੱਡੀ ਸੇਵਾ ਕਰ ਰਹੇ ਨੇ, ਸਮਾਜ ਦੇ ਖੇਤਰ ਦੇ ਵਿੱਚ ਬਹੁਤ ਵੱਡੀ ਸੇਵਾ ਕਰ ਰਹੇ ਨੇ। ਮੈਂ ਸਮਝਦਾ ਇਹ ਸਾਰੀ ਦੇਣ ਉਹਨਾਂ ਦੇ ਜੀਵਨ ਸਾਥੀ ਦੀ ਦੇਣ ਹੈ। ਅੱਜ ਉਸ ਰੂਹ ਤੋਂ ਅਸੀਂ ਵਰਜਿਤ ਹੋ ਗਏ ਹਾਂ, ਪਰਮਾਤਮਾ ਦੇ ਚਰਨਾਂ 'ਚ ਕੇਵਲ ਅਸੀਂ ਅਰਦਾਸ ਕਰ ਸਕਦੇ ਹਾਂ ਵੀ ਉਹ ਸੱਜਣ ਸਿਸ਼ਰੀਆਂ ਜੇ ਹੋਏ ਸਾਹਿਬ ਸੁਰਦੇਵ ਗੁਰੂ ਮਹਾਰਾਜ ਕਿਰਪਾ ਕਰਨ, ਉਸ ਸਿਸ਼ਰੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਕਰ ਸਕਣ, ਪਿੱਛੇ ਸਾਨੂੰ ਸਾਰਿਆਂ ਨੂੰ ਪੜ੍ਹਨਾ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨਾ ਵੱਡਾ ਇਕੱਠ ਦੇਖ ਕੇ ਸਾਡੀ ਭਰਜਾਈ ਰਣਜੀਤ ਕੌਰ ਜਿਹੜੇ ਕਿ ਇਸ ਸੰਸਾਰ ਤੋਂ ਆਪਣੀ ਆਯੂ ਪੂਰੀ ਕਰਕੇ ਚਲੇ ਗਏ ਹਨ, ਵਾਕਈ ਇੱਕ ਬੇਮਿਸਾਲ ਜੀਵਨ ਸੀ। ਸਾਡੇ ਦੌਰਾਨ ਇੱਥੇ ਜਿਹੜੇ ਸੋਧ ਪ੍ਰਗਟ ਕਰਨ ਵਾਸਤੇ ਆਏ ਹਨ, ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ ਜੀ, ਐਕਸ ਐਮ ਪੀ ਮਹਿੰਦਰ ਸਿੰਘ ਕੇ ਪੀ ਜੀ, ਸੁਸ਼ੀਲ ਰਿੰਕੂ ਜੀ ਐਮ ਐਲ ਏ ਉਹ ਵੀ ਆਏ ਸਨ ਗਏ ਹਨ, ਰਮੇਸ਼ ਸ਼ਰਮਾ ਜੀ ਪ੍ਰੈਜੀਡੈਂਟ ਬੀ ਜੇ ਪੀ, ਬਲਰਾਜ ਠਾਕੁਰ ਜੀ ਕੌਂਸਲਰ ਔਰ ਕਮਿਸ਼ਨਰ ਆਫ ਪੁਲਿਸ, ਪ੍ਰਵੀਨ ਸਿਨਹਾ ਜੀ ਵੀ ਆਏ ਸਨ, ਡੀ ਸੀ ਪੀ ਰਜਿੰਦਰ ਸਿੰਘ ਜੀ, ਐਸ ਸੀ ਇਲੈਕਟਿਵ ਬੋਰਡ ਪਰਮਿੰਦਰ ਸਿੰਘ ਜੀ, ਅਮਿਤ ਤਿਵਾਰ ਅਰੋੜਾ ਜੀ ਬੀ ਜੇ ਪੀ ਵੱਲੋਂ ਆਏ ਹਨ, ਕੌਂਸਲਰ ਜਸਲੀਨ ਸੇਠੀ ਵੀ ਆਏ ਹਨ ਔਰ ਵਿਜੇ ਸਾਪਲਾ ਜੀ ਮਿਨਿਸਟਰ ਬੀ ਜੇ ਪੀ, ਔਰ ਸ਼੍ਰੀ ਕੇ ਡੀ ਭੰਡਾਰੀ ਜੀ ਐਕਸ ਸੀ ਪੀ ਐੱਸ, ਏ ਟੀ ਸੀ ਭਮਰਾ ਜੀ ਐਕਸਾਈਜ਼ ਡਿਪਾਰਟਮੈਂਟ ਤੋਂ, ਸਿੱਖ ਤਾਲਮੇਲ ਕਮੇਟੀ ਤੋਂ ਹਰਦੇਵ ਸਿੰਘ ਜੀ, ਐਸ ਸੀ ਪੋਲੂਸ਼ਨ ਬੋਰਡ ਤੋਂ ਐਕਸ਼ਨ ਸ਼ਿਵ ਕੁਮਾਰ ਜੀ, ਕੁਲਵੰਤ ਸਿੰਘ ਜੀ ਮੰਨਣ, ਸਰਬਜੀਤ ਸਿੰਘ ਜੀ ਮੱਕੜ ਵੀ ਆਏ ਹਨ। ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਅਵਤਾਰ ਹਿੰਦੀ ਜੀ ਨੂੰ, ਜਿਹੜੇ ਕਿ ਸਾਡੇ ਪਰਿਵਾਰਕ ਮੈਂਬਰ ਦੇ ਤੌਰ 'ਤੇ ਹਨ, ਉਹ ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਪਹੁੰਚਦੇ ਹਨ ਔਰ ਅੱਜ ਵੀ ਆਏ ਹਨ, ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਆ ਕੇ ਦੋ ਮਿੰਟ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ। ਐਕਸ ਐਮ ਐਲ ਏ ਐਕਸ ਮਿਨਿਸਟਰ ਸ਼੍ਰੀ ਅਵਤਾਰ ਹਿੰਦੀ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰ ਵਿੱਚ ਬੈਠੀ ਸਾਹਸਾ ਜੀ ਵੈਦਿਕ ਖਾਲਸਾ ਵੈਦਿਕ ਫਤਿਹ। ਅੱਜ ਆਪਾਂ ਸਾਰੇ ਭੈਣ ਦਲਜੀਤ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਾਂ।
ਅਰਦਾਸ ਹੋਈ ਹੈ ਸੱਚੇ ਪਾਤਸ਼ਾਹ ਅੱਗੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਭੈਣ ਨੂੰ ਆਪਣੇ ਚਰਨਾਂ ਚ ਨਵਾਜ਼ ਬਖਸ਼ ਬਹੁਤ ਹੀ ਦੁੱਖ ਦੀ ਗੱਲ ਹੈ ਦੁੱਖ ਦੀ ਘੜੀ ਹੈ ਪਰਿਵਾਰ ਦੇ ਠੀਕ ਹੈ ਜਿਹੜਾ ਇਨਸਾਨ ਜੁੜਿਆ ਚਾਹਿਆ ਉਹ ਜਾਣਾ ਜਾਣਾ ਪਰ ਭੈਣ ਜੀ ਤੇ ਜਾਣ ਦੇ ਨਾਲ ਜਿੱਥੇ ਸਾਡੇ ਭਾਈ ਨੂੰ ਐਡਾ ਵੱਡਾ ਦੁੱਖ ਹੋਇਆ ਉਹ ਸਹਿਣਾ ਬਹੁਤ ਔਖਾ ਕਹਿਣਾ ਬੜਾ ਸੌਖਾ ਹੈ ਝਗੜਾ ਬਹੁਤ ਔਖਾ ਹੈ ਕਹਿੰਦੇ ਨੇ ਕਿ ਹਰੇਕ ਕਾਮਯਾਬ ਸਕਸੈਸਫੁਲ ਇਨਸਾਨ ਦੇ ਪਿੱਛੇ ਔਰਤ ਦਾ ਤੁਹਾਡਾ ਚਾਹੇ ਮਾਂ ਹੋਵੇ ਚਾਹੇ ਬੇਟੀ ਹੋਵੇ ਚਾਹੇ ਧਰਮ ਪਤਨੀ ਹੋਵੇ ਸਾਡੀ ਭੈਣ ਦੇ ਸਦਕਾ ਸਾਡੇ ਵੀਰ ਨੇ ਬਹੁਤ ਨਾਂ ਪੈਦਾ ਕੀਤਾ ਬਹੁਤ ਸਮਾਜ ਦੀ ਸੇਵਾ ਕੀਤੀ ਇਸ ਪਰਿਵਾਰ ਨੇ ਸਮਾਜ ਦੀ ਬਹੁਤ ਸੇਵਾ ਕੀਤੀ ਬਹੁਤ ਹੀ ਵਧੀਆ ਇਨਸਾਨ ਜੋ ਅੱਜ ਮੇਰੇ ਵੀਰ ਨੂੰ ਘਾਟ ਪਈ ਉਹ ਨਾ ਪੂਰੀ ਹੋਣ ਵਾਲੀ ਘਾਟ ਹੈ ਗੱਡੀ ਦੇ ਦੋ ਪਹੀਏ ਹੁੰਦੇ ਆ ਇੱਥੇ ਜਾਂਦਾ ਗੱਡੀ ਚਲਾਉਣੀ ਬੜੀ ਔਖੀ ਹੋ ਜਾਂਦੀ ਅਜੇ ਜੋ ਇਹਨਾਂ ਤੇ ਬੀਤੀ ਜੋ ਬੱਚਿਆਂ ਤੇ ਜੋ ਰਿਸ਼ਤੇਦਾਰ ਤੇ ਬੀਤੀ ਹੈ ਇਹ ਜਾਣਦੇ ਆ ਕਿ ਭੈਣ ਜੀ ਦੇ ਜਾਣ ਦੇ ਨਾਲ ਜੋ ਖਲਾਅ ਪੈਦਾ ਹੋਇਆ ਉਹ ਨਾ ਪੂਰਾ ਹੋ ਰਿਹਾ ਹੈ ਸੋ ਮੈਂ ਜ਼ਿਆਦਾ ਵਕਤ ਨਾ ਲੈਂਦਾ ਹੋਇਆ ਮੈਂ ਆਪਣੇ ਵੱਲੋਂ ਪਰਿਵਾਰ ਵੱਲੋਂ ਔਰ ਬਾਬਾ ਹੈਗੀ ਅੰਬੇਦ ਵੱਲੋਂ ਭੈਣ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹੀ ਬੇਨਤੀ ਕਰਦਾ ਕਿ ਹੇ ਸੱਚੇ ਪਾਤਸ਼ਾਹ ਸਾਡੀ ਭੈਣ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਸੰਗੀ ਸੰਬੰਧੀ ਸਾਰੇ ਭਾਣਾ ਮੰਦਰ ਦਾ ਬਖਸ਼ਣਾ ਵੈ ਜੀ ਦਾ ਕਾਸਾ ਵੈ ਜੀ ਬਲਜੀਤ ਸਿੰਘ ਜੀ ਦਾ ਮੇਰਾ ਜੀ ਨੂੰ ਕਾਂਗਾ ਉਹ ਤੋਂ ਮਿਟਾਉਣ ਔਰ ਸ਼ਰਧਾ ਦੇ ਫੁੱਲ ਭੇਟ ਕਰਨ ਔਰ ਗੱਲ ਕਰਾਂ ਆਪਣੀ ਭਾਬੀ ਦੀ ਦਲਜੀਤ ਕੌਰ ਮਾਰਚ ਕੁਛ ਕੀਤਾ ਜੋ ਅੱਜ ਆਪ ਨੂੰ ਇਕੱਠ ਨਜ਼ਰ ਆ ਰਿਹਾ ਹੈ ਇਹ ਉਹਦੀ ਦੇਣ ਹੈ ਔਰ ਸਾਡੀ ਭਾਬੀ ਦੀ ਸਭ ਤੋਂ ਵੱਡੀ ਦੇਣ ਨੁਕਤਾਚੀਨੀ ਨਹੀਂ ਕੀਤੀ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ ਮੈਂ ਹੁਣ ਬੇਨਤੀ ਕਰਾਂਗਾ ਨੀਲਾ ਮਹਿਲ ਜੀ ਨੂੰ ਆਉਣ ਅਤੇ ਦੋ ਮਿੰਟ ਵਾਸਤੇ ਆਪਣੇ ਵਿਚਾਰ ਰੱਖੋ ਗੱਲ ਸੱਚਾਈ ਹੈ ਜੋ ਜੀ ਵੀ ਇਸ ਧਰਤੀ 'ਤੇ ਆਉਂਦਾ ਇੱਕ ਨਾ ਇੱਕ ਦਿਨ ਉਸਨੇ ਇੱਥੋਂ ਕੂਚ ਕਰ ਜਾਣਾ ਪਰ ਕੁਛ ਲੋਕਾਂ ਦਾ ਜੀਵਨ ਜਿਹੜਾ ਬਾਕੀ ਰਹਿੰਦੇ ਲੋਕਾਂ ਵਾਸਤੇ ਚਾਨਣ ਮੁਨਾਰੇ ਤਰ੍ਹਾਂ ਕੰਮ ਕਰਦਾ ਇਸੇ ਤਰ੍ਹਾਂ ਹੀ ਸਾਗੁਰ ਸ਼ਰਨ ਸਿੰਘ ਜੀ ਧਰਮ ਪਤਨੀ ਸਾਡੇ ਭੈਣ ਜੀ ਜਿਸ ਤਰ੍ਹਾਂ ਅੱਜ ਅਖਬਾਰ ਨੇ ਵੀ ਲਿਖਿਆ ਕਿ ਸਾਗੁਰ ਸ਼ਰਨ ਸਿੰਘ ਹੋਰਾਂ ਦੇ ਕੰਮ ਕਾਰ ਦੇ ਵਿੱਚ ਬਹੁਤ ਸਹਿਯੋਗ ਦਿੰਦੇ ਸਨ ਜੇ ਸਾਗੁਰ ਸ਼ਰਨ ਸਿੰਘ ਨੇ ਨਾ ਕਮਾਇਆ ਸਮਾਜ 'ਚ ਵਿਚਰਦੇ ਨੇ ਅਤੇ ਉਹਦੇ ਬਗਰ ਜਿਸ ਤਰ੍ਹਾਂ ਹੈਨਰੀ ਸਾਹਿਬ ਨੇ ਕਿਹਾ ਕਿ ਕਿਸੇ ਔਰਤ ਦਾ ਹੱਥ ਹੁੰਦਾ ਮਾਂ ਦਾ ਹੋ ਸਕਦਾ ਭੈਣ ਦਾ ਹੋ ਸਕਦਾ ਜਾਂ ਵਾਈਫ ਦਾ ਹੋ ਸਕਦਾ ਔਰ ਸੱਚ ਹੈ ਕਿ ਸਾਗੁਰ ਸ਼ਰਨ ਸਿੰਘ ਦੇ ਮਗਰ ਸਾਡੇ ਭੈਣ ਜੀ ਦਾ ਹੱਥ ਸੀ ਅੱਜ ਅਸੀਂ ਜਿੱਥੇ ਇਸ ਪਰਿਵਾਰ ਨਾਲ ਕਹਿ ਰਹੇ ਦੁੱਖ ਦਾ ਇਜ਼ਹਾਰ ਮੈਂ ਨਿੱਜੀ ਤੌਰ 'ਤੇ ਆਪਣੇ ਵੱਲੋਂ ਕਰਦਾ ਉੱਥੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦਾ ਸਭ ਤੋਂ ਅਤੇ ਕਰਨਾ ਅਰਦਾਸ ਕਰਾਂਗਾ ਸੱਚੇ ਪਾਤਸ਼ਾਹ ਵਿਛੜੀ ਰੂਹ ਆਪਣੇ ਚਰਨਾਂ ਦੀ ਨਵਾਜ਼ ਬਖਸ਼ੀ ਬਾਕੀ ਪਰਿਵਾਰ ਭਾਣਾ ਉਹਨਾਂ ਦਾ ਬਲ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਮੈਂ ਹੁਣ ਐਕਸ ਐਮ ਐਲ ਏ ਐਕਸ ਸੀ ਪੀ ਐਸ ਕੇ ਡੀ ਭੰਡਾਰੀ ਜੀ ਨੂੰ ਕਹਾਂਗਾ ਗੁਆਂਢ ਦੋ ਮਿੰਟ ਅਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਸ਼੍ਰੀ ਕੇ ਡੀ ਭੰਡਾਰੀ ਜੀ ਨੂੰ ਕਹਾਂਗਾ ਕਿ ਗੁਆਂਢ ਅਤੇ ਆਪਣੇ ਵਿਚਾਰ ਰੱਖਣ ਸ਼੍ਰੀ ਰਜਿੰਦਰ ਪੀਰੀ ਜੀ ਐਮ ਐਲ ਏ ਪਰ ਉਹ ਪਰਮਾਤਮਾ ਪਹਿਲੇ ਸਾਈਨ ਕਰਾਉਂਦਾ ਹੈ ਕਿ ਇੱਥੇ ਸਾਈਨ ਕਰ ਕਿ ਮੈਂ ਤੇਰੀ ਮੌਤ ਲਿਖ ਦਿੱਤੀ ਹੈ ਇਨਸਾਨ ਵੇਖਦਾ ਵੀ ਨਹੀਂ ਕਿ ਕਿੰਨੀ ਉਮਰ ਮਿਲੀ ਹੈ ਸਮਾਂ ਜਾਣਦਾ ਹੈ ਵੀ ਕਿ ਨਹੀਂ ਹੈ ਸ੍ਰੀ ਜਿੰਦਰ ਬੇਰੀ ਪਰਮ ਸਤਿਕਾਰਯੋਗ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਅਸੀਂ ਆਪਣੀ ਵੱਡੀ ਭੈਣ
दलजीत कौर जी के अंतिम शोक सभा के बैठे हुए हैं। हर प्राणी हर इंसान जो दुनिया के जन्म लैंदा है उस प्राणी नूं उस इंसान नूं एक काल रूपी मौत एक ना एक दिन किसी ना किसी बहाने के नाल इस दुनिया तो लै जाती है। लेकिन जड़ा प्राणी जड़ा इंसान अज के युग के चंगे काम करता है उस इंसान को यह समाज कदे नहीं भुलता। साड़ी भैन जी ने किए हुए काम उन्हों का प्यार उन्होंने मेहनत अज जिते परिवार को बड़ी वीड्डी घाट हुई है उत्तर समाज में भी बड़ी वीड्डी घाट हुई है। सरदार गुरशरण सिंह जी के बारे मेरे तो पहला भी सारे बुलारे ने दसिया कि वह इंसान ने जिन्होंने अपने लिए नहीं अपने परिवार लिए नहीं सारे जलंधर वासियों वास्ते सारे पंजाब वासियों वास्ते हमेशा इमानदारी के नाल लड़ाई लड़ी है। बड़िया बड़िया एजुटेशन इन्होंने कीतियां और बड़ी बारी असं इन्हों देखे कि जिथे जिस इंसान के नाल खड़ गए तो फिर खड़ गए और इन्होंने जो इंडस्ट्री वास्ते सहयोग दिता है शायद ही कोई यहोजा इंसान होना जिन्हें इन्ना सहयोग दिता हो अपना सारा कारोबार छड़ के अपने परिवार को छड़ के सारे जलंधर की इंडस्ट्री को संभालना और उन्होंने हकों के लिए लड़ाई लड़ना कोई कोई इंसान ही होंगे। तो मैं उस परमपिता परमात्मा के यही अरदास करता कि साढ़े वड्डे वीर जिहड़े हमेशा ही हर इंसान के नाल मोढ़े के नाल मोढ़ा लगा के खड़े होंगे है इन्हां दी परमपिता परमात्मा लंबी उम्र करन इन्हां दे बच्चे इन्हां दा परिवार चढ़दी कला च रहे। भैन जी के जान के नाल इस परिवार को घाट तो जरूर हुई है और ना पूरी घाट होने वाली है लेकिन असीं ते परमात्मा का भाणा ही मन सकते हैं तेरा भाणा मीठा लागे परमात्मा दे अगे अरदास ही कर सकते हैं कि वह जिहड़ी घाट है वह परमपिता परमात्मा पूरी करन वाली है। उस तरह जिस तरह पहला सारे दे नाल खड़दे सीगे पूरा सहयोग देंदे सीगे उस तरह परमपिता परमात्मा इन्हां दे आशीर्वाद रखणे उस तरह इंडस्ट्री की लड़ाई लड़ते रहन। तो मैं होर कुछ ना कहता होया अपने वालों कांग्रेस पार्टी वालों फिर एक बार करदा हूं भेट करदा और उस परमपिता परमात्मा के यही अरदास करदा कि इस परिवार के उपर अपना पूरा आशीर्वाद रखन। वाहेगुरु जी का खालसा वाहेगुरु जी की फतह। थैंक यू। जिस तरह सारिया ने दसिया है मैं आप जी एक गल जरूर दसना चाहवागा अपने 42 साल के अरसे दे विच अज तक जिन्हिया लड़ाइया लड़िया सब जितिया क्यों कोई मीटिंग हो रही होंगी सी जदों ये जाते सी मीटिंग दे विच उत्थे लुधियाने के लोग अमृतसर के लोग बैठे होंगे सन और क्या करते सन कि पंजाब का बब्बर शेर आ गया है। मैं हूँ हल्के दे मैंबर पार्लीमेंट संतोख चौधरी जी कहांगा कि वह आन ते अपने विचार रखन। कल असी दसिया कि जो सेवा इन्हां दे बच्चियां ने काम का फिक्र नहीं फिक्र है ते साड़ी मां ठीक होनी चाहिए। बेटा गगनदीप फैक्ट्री च बैठा है मां ट्रक ते लोड हो रहा फोन आया तो भी ठीक नहीं कहते मैं चलिया अपने काम की परवाह नहीं किसी चीज की परवाह नहीं परवाह है ते अपने माता पिता की और साड़ी परजाई तुहाडे वास्ते एक है छड़ के गई है गल कि भाई जेड़ा भी आदमी बच्चा माँ बाप की सेवा नहीं करता तो अपने माँ बाप की सेवा जरूर करो अगर माँ बाप की सेवा करोगे तो कष्ट कभी आन गई नहीं। मैं इन्होंने पूछा थोड़ी जित का कारण की होंदा है जिथे जाते हो जित गुरु ग्रंथ साहब जी पवित्र हाजरी इकत्र सत्कारयोग साध संगत वाहेगुरु जी का खालसा वाहेगुरु जी की फतेह। बड़े ही विरासत में समय जो कि जलंधर की बहुत ही प्रमुख शख्सियत प्रमुख नागरिक सरदार गुरशरण सिंह उन्होंने धर्मपत्नी बीबी दलजीत कौर जी उन्होंने अंतम अरदास एकत्र हुए जिंदगी एक किताब है और इस किताब का अखीरला पन्ना मौत है।
मौत एक कड़वा है, परमात्मा का कानून है, कुदरत का कानून है कि जेड़ा भी इंसान इस धरती से आएगा वो हर हालत में जाएगा। गुरुदास जी बाणी, जो दिन आए सो दिन जाए, करना कुछ रह फिर नहीं। किसी भी इंसान ने इस धरती से स्थाई रूप नहीं रहना, रह फिर नहीं। चिंता ताकि कीजिए, जो अनहोनी होए ए मारक संसार को नानक फिर नहीं हो। गुरु देव जी ने पूरी गल कही, सो जिसने आना उसने चले जाना। पर जड़िया शख्सियत धरती से आके अपने नाल नाल समाज कुछ कुछ कर दिया, अपना योगदान पाया, उन्होंने जान के नाल एक बहुत बड़ा घाटा पैदा है। बीबी दलजीत कौर जी की एक बहुत ही मैं कहूँगा कामयाब जिंदगी बतीत करके गए, क्योंकि सरदार गुरशरण सिंह का जो आज समाज में स्थान है, जो उनका नाम है, उस विच उन्हां ही योगदान बीबी दलजीत कौर जी का। जो दंपति होंगी उसनों अंग्रेजी में बेटर हाफ कहते, जिंदगी का बेहतर हिस्सा धर्मपत्नी होंगी। धर्मपत्नी सिर्फ साथी नहीं होंगी, एक ऊर्जा एनर्जी इंसान की होंगी, जिसे कि पीछे रह के इंसान जिंदगी में कामयाब कर दो। तो मैं समझदा कि सरदार गुरशरण सिंह जिसे कि एक बहुत ही डायनामिक पर्सनैलिटी, अगर इंडस्ट्री का नाम लाओगे तो गुरशरण सिंह का नाम आ, अगर ट्रेड का नाम लवेंगे तो गुरशरण सिंह का नाम। मैं बड़ा देखिया करीब तो जो भी कोई संकट आता है, जो भी कोई इशू कंसर्निंग ट्रेड इंडस्ट्री उभरता है, तो सब तो पहली कतार में गुरशरण सिंह खड़ा होता है। अगर GST आया तो सब तो पहला गुरशरण सिंह, अगर रिफंड की गल है तो गुरशरण सिंह, और दिल्ली तक सानू भी मोटीवेट करता हमेशा गुरशरण सिंह, अनेक बार सानू मोटीवेट करता कि चलो चंडीगढ़, चलो चीफ मिनिस्टर नूं मिलो, चलो फाइनेंस मिनिस्टर नूं मिलो, चलो इंडस्ट्री मिनिस्टर गवर्नमेंट ऑफ इंडिया नूं मिलो। अनेक बार मैं देखिया कि किन्नी जोर दे नाल और किन्ने संघर्षमय जिहड़ी स्पिरिट दे नाल गुरशरण सिंह पहली कतार में हमेशा आता है। तो मैं समझदा कि इस दलजीत कौर जी का उन्ना ही हाथ है। अज मैं समझदा कि जिथे सरदार गुरशरण सिंह ने अपना बेहतर हिस्सा उसको लूज किया, उत्थे बच्चे मनु अरोड़ा, गगनदीप, बिंदर जी, बहुआ, उन्होंने अपनी माँ जी, माँ का किड्डा रुतबा साडे ग्रंथां विच, माँ इज नैक्सट टू गॉड। अगर परमात्मा तो बाद कोई है वो माँ है। परमात्मा ने परमात्मा नूं किसे देखिया नहीं, महसूस करते हैं, असीं ग्रंथां च महसूस करते हैं कि माँ नूं साक्षात असीं देखते हैं, जिहड़ी अपनी कुख चों जन्म दे के इस धरती ते विचरण दी योग बणाउंदे इंसान नूं। सो अज बच्चिआं ने उस माँ प्रोफेसर मोहन सिंह ने लिखा, माँ जी आखन शाबा बूटा इधर नजर ना आवे, जिस तो लैके शाहदारी रब ने स्वर्ग बनाया, अज बच्चिया का स्वर्ग कुछ गया। पर मैं जिस तरह पहला कह कि परमात्मा की रीत है, जिसने आना जो बजे सो बिरस है, जिसने उपजना उसने बिरस आना। सो उस कड़ी में एक बहुत ही बेहतर वो जिंदगी बतीत करके गए, और जिस तरह कट नज़र आ रहे ये सरदार गुरशरण सिंह जी का जो साड़ी सोसाइटी स्थान है उसनों दर्शाता है, इस तरह का स्थान किस तरह बनता है, जोड़ा अपने तो अलावा होर वास्ते भी काम करता, स्टेट वास्ते करता, सोसाइटी वास्ते करता। सो एक बहुत ही मैं समझना कि बेहतरीन साडा नागरिक, साड़ी शहर की शख्सियत गुरशरण सिंह, उसको इस तरह मिले।
बहुत दुखदाई है, पर जिस तरह पहला क्या कि रीत है उसके मुताबिक जो कुछ होया मर लिखाए मंदिर में आए जो तो इंसान जन्म लेता अपना समय और स्थान निश्चित करके आता, पर एक बहुत ही अच्छी छाप बीवी दलजीत कौर जी छे गए। सो मैं परमात्मा की अरदास करता कि उन्होंने अपने चरणों में नवाजे और परिवार को शक्ति दे कि जड़िया पैरों के चल रहे अपने वास्ते समाज वास्ते देश वास्ते प्रांत वास्ते उस तरह उसके चलते रहे और बीवी दलजीत कौर जी का नाम हमेशा इसी तरह रोशन रहे। वाहेगुरु जी का खालसा वाहेगुरु जी की फतह। ਸੋਹੀਆਂ ਸਾਨੂੰ ਇਜਾਜ਼ਤ ਨਹੀਂ ਦਿੰਦੀਆਂ। ਮੈਂ ਆਪਣਾ ਆਖਰੀ ਬੁਲਾਰਾ ਜੀ ਟਰਾਂਸਪੋਰਟਰ ਮਨਜੀਤ ਸਿੰਘ ਠਕੁਰਾਲ, ਰਣਜੀਤ ਸਿੰਘ ਜੀ, ਜਗਮੋਹਨ ਛਾਬੜਾ ਜੀ ਪ੍ਰੈਜੀਡੈਂਟ, ਸੁਰਜੀਤ ਸਿੰਘ ਚੀਮਾ ਜੀ, ਤਰਸੇਮ ਕਪੂਰ ਜੀ ਸਪੀਡਵੇ ਤੋਂ, ਪ੍ਰਿਤੀ ਚੋਪੜਾ ਜੀ ਐਡਵੋਕੇਟ, ਧਵਲ ਕਿਸ਼ੋਰ ਜੀ ਔਰ ਪ੍ਰਦੁਮਨ ਸਿੰਘ ਜੀ ਠਕੁਰਾਲ, ਗੁਰਇਕਬਾਲ ਸਿੰਘ ਜੀ ਔਰ ਵੀ ਬਹੁਤ ਜਣੇ ਆਏ ਹਨ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ कि जानना सब ने लंगर छक के जाना है। पांच मिनट का होर प्रोग्राम है, प्लीज पांच मिनट। आज बैठे साहब संगत जी और फतेह ने साझ करिए वाहेगुरु जी का खालसा वाहेगुरु जी की फतेह। अज साडे वड्डे पीर गुरशरण सिंह वास्ते बहुत ही दुखदाई घड़ी है कि उन्होंने जीवन साथी साडे वड्डे भैन जी इस दुनिया में नहीं रहे। इतों जिन्ना भी बुलारा ने किया बिल्कुल सच किया कि साढ़े भरा गुरशरण जी, मैं लुधियाने को संबंध रखता जो भी असं कदम आवाज मारी है ट्रेन दसी कद भी कोई पीर पी है चौधरी साहब ये पहले बोल भजे है और साथियों को मोटीवेट किदा करना कि लड़ाइया लड़ानिया असं भुल सकिया एदा वड्डा भरा भुरा परिवार हो और अपना सारा समा अपने परिवार को ना दे के इंडस्ट्री देना समाज में देना यह कोई बिरला बंदा ही कर सकता। ਉਹੀ ਕਰ ਸਕਦਾ ਕਿ ਜਿਹਦਾ ਜੀਵਨ ਸਾਥੀ ਪੂਰੀ ਆਪਣੀ ਜ਼ਿੰਮੇਵਾਰੀ ਨਿਭਾਵੇ ਮੋਢੇ ਨਾਲ ਮੋਢਾ ਲਾ ਕੇ ਚੱਲੇ। ਬੜੇ ਦੁੱਖ ਦੀ ਕੜੀ ਹੈ ਗੁਰਸ਼ਰਨ ਸਿੰਘ ਜੀ, ਮੈਂ ਪੰਜਾਬ ਦੀ ਪੂਰੀ ਟ੍ਰੇਨ ਇੰਡਸਟਰੀ ਵੱਲੋਂ ਉਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਸਾਡੀ ਭੈਣ ਜੀ ਨੂੰ ਆਪਣੇ ਚਰਨਾਂ ਵਿੱਚ ਸਾਥ ਦੇ ਔਰ ਪਿੱਛੋਂ ਪੂਰੇ ਪਰਿਵਾਰ ਨੂੰ ਭਰਾ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਪੰਜਾਬ ਨੇ ਫੋਨ 'ਤੇ ਦੱਸਿਆ ਹੈ ਕਿ ਅੱਜ ਦਿੱਲੀ ਮੀਟਿੰਗ ਹੈ ਜੀ ਐੱਸ ਟੀ ਦੀ ਔਰ ਕੱਲ੍ਹ ਵੀ ਮੀਟਿੰਗ ਹੈ, ਇਸ ਕਰਕੇ ਉਹਨਾਂ ਨੇ ਆਪਣੀ ਸਮਰੱਥਾ ਪ੍ਰਗਟਾਈ ਹੈ। ਸੁਨੀਲ ਜਾਖੜ ਜੀ ਨੇ ਟੈਲੀਫੋਨ 'ਤੇ ਸ਼ੋਕ ਪ੍ਰਸਤਾਵ ਦਿੱਤਾ ਹੈ। ਡੀ ਸੀ ਸਾਹਿਬ ਰਵਿੰਦਰ ਕੁਮਾਰ ਸ਼ਰਮਾ ਜੀ ਨੇ ਵੀ ਆਉਣਾ ਸੀ, ਐੱਸ ਐੱਸ ਵਿਰਗ ਰਾਜੂ ਜੀ, ਵਾਈਸ ਪ੍ਰੈਜੀਡੈਂਟ ਜਲੰਧਰ ਜਿਮਖਾਨਾ ਵੱਲੋਂ ਵੀ ਔਰ ਐਕਸ ਕੈਬਨਿਟ ਮਿਨਿਸਟਰ ਮਨੋਰੰਜਨ ਕਾਲੀਆ ਜੀ ਨੇ ਵੀ। ਹਾਂ, ਹੁਣ ਮੈਂ ਸਰਬ ਜੀ ਮੱਕੜ ਜੀ ਨੂੰ ਕਹਾਂਗਾ ਦੋ ਮਿੰਟ ਵਾਸਤੇ ਆਉਣ ਅਤੇ ਉਸ ਤੋਂ ਬਾਅਦ ਗਾਬਾ ਜੀ ਅੱਜ ਸੰਗਤ ਦਾ ਧੰਨਵਾਦ ਕਰਨਗੇ ਔਰ ਸੋ ਪ੍ਰਸਤਾਵ ਬਹੁਤ ਮਿਹਰਬਾਨੀ। ਆਦਰ ਅਤੇ ਸਤਿਕਾਰਯੋਗ ਗੁਰੂ ਮਹਾਰਾਜ ਦੀ ਹਜ਼ੂਰੀ ਦੁਰਬੈਠੀ ਸਾਹਿਬ ਸੰਗਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਬਹੁਤ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ, ਇਸ ਤੋਂ ਵੱਡੀ ਗੱਲ ਨਹੀਂ ਜੋ ਉਹਨਾਂ ਨੇ ਆਖੀ ਹੈ। ਪਰ ਜਿਵੇਂ ਸਮਾਜ ਦੇ ਵਿੱਚ ਇੱਕ ਔਰਤ ਨੂੰ ਸਨਮਾਨ ਮਿਲਣਾ ਚਾਹੀਦਾ ਉਸ ਤਰੀਕੇ ਨਾਲ ਇਸ ਬੁੱਕ 'ਚ ਸਾਰਿਆਂ ਨੇ ਸਨਮਾਨ ਦਿੱਤਾ, ਪਰ ਜਿਹੜਾ ਸਨਮਾਨ ਸਾਡੇ ਗ੍ਰੰਥਾਂ 'ਚ ਦਿੱਤਾ ਉਹ ਸਨਮਾਨ ਦੇ ਜਿਹੜੇ ਬੋਲ ਨੇ ਜਿਵੇਂ ਸਾਰੇ ਗ੍ਰੰਥਾਂ 'ਚ ਬੜਾ ਵੱਡਾ ਮਾਂ ਨੇ ਮਾਂ ਨੂੰ ਗੁਰਦੇਵ ਮਾਤਾ ਗੁਰਦੇਵ ਪਿਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਪਹਿਲਾ ਮਾਨ ਦਿੱਤਾ ਗਿਆ ਇਹ ਟਨ ਸਚਾਈ ਤੇ ਸਰਦਾਰ ਗੁਰਸ਼ਰਨ ਸਿੰਘ ਉਹਨਾਂ ਦੇ ਜੀਵਨ ਵਾਸਤੇ ਜੋ ਮੈਂ ਸ਼ੁਰੂ ਤੋਂ ਦੇਖਦਾ ਰਿਹਾ ਕਿਉਂਕਿ ਸੱਤ ਮਹਾਂਪੁਰਸ਼ ਕੁਆਲ ਨਗਰ ਵਾਲੇ ਤੇ ਇਹਨਾਂ ਦੇ ਜਿੰਨੇ ਪਰਿਵਾਰ ਨੇ ਉਹ ਹਮੇਸ਼ਾ ਸੇਵਾ ਦੇ ਵਿੱਚ ਹਾਜ਼ਰ ਰਹੇ ਨੇ ਅਤੇ ਇੰਡਸਟਰੀ ਡਿਪਾਰਟਮੈਂਟ ਦੀ ਬਹੁਤ ਵੱਡੀ ਇਹਨਾਂ ਨੇ ਸੇਵਾ ਕੀਤੀ ਹੈ ਕਰ ਰਹੇ ਨੇ, ਇਸੇ ਕਰਕੇ ਸਾਰੀ ਇੰਡਸਟਰੀ ਨੇ ਇਹਨਾਂ ਨੂੰ ਮਾਣ ਦਿੱਤਾ। ਅਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ
ਇਹਨਾਂ ਚੀਜ਼ਾਂ ਦੇ ਨਾਲ ਸਮਾਜ ਸੇਵਾ ਕਰਨ ਵਾਲੇ ਨੂੰ ਤਾਕਤ ਮਿਲਦੀ ਹੈ ਜਿਹੜੀ ਤੁਸੀਂ ਅੱਜ ਤਾਕਤ ਦਿੱਤੀ। ਕੋਈ ਕਿਸੇ ਨੇ ਵੱਡਾ ਨਹੀਂ ਹੋ ਜਾਣਾ, ਕੋਈ ਕਿਸੇ ਨੇ ਛੋਟਾ ਨਹੀਂ ਹੋ ਜਾਣਾ, ਪਰ ਜਦੋਂ ਇੰਨੀ ਵੱਡੀ ਸੰਗਤ, ਐਡੇ ਵੱਡੇ ਮੌਜੂਦ ਸੱਜਣ ਕਿਸੇ ਪਰਿਵਾਰ ਦੇ ਦੁੱਖ ਚਾਹ ਕੇ ਖਲੋਤੇ ਨੇ ਤੇ ਉਹਨਾਂ ਦਾ ਦੁੱਖ ਘਟਦਾ। ਅੱਜ ਮੈਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਸੱਚਾ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਇਹਨਾਂ ਦੇ ਪਰਿਵਾਰ ਦੇ ਜੀਆਂ ਨੂੰ, ਕਿਉਂਕਿ ਇਹਨਾਂ ਦੇ ਬੱਚਿਆਂ ਦੀ ਬੜੀ ਵੱਡੀ ਖੁਸ਼ਬੂ ਇਸ ਸਮਾਜ 'ਚ ਗਈ ਹੈ ਕਿ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ। ਪਰ ਕਿਸੇ ਦੇ ਵੱਸ ਨਹੀਂ, ਜਿਹਾ ਚੀਰੀ ਵਿਖਿਆ ਤੇਰਾ ਹੁਕਮ ਕਮਾਏ ਕਰੇ ਆਪਣੇ ਨਾਨਕਾ ਸੱਦੇ ਉੱਠੀ ਜਾਏ, ਉਹ ਸਾਡੇ ਵਿੱਚੋਂ ਚਲੇ ਗਏ। ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ, ਜਿੱਥੇ ਮੈਂ ਆਪਣੇ ਵੱਲੋਂ ਕਰਦਾ, ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਐਕਸ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚਾ ਪਾਤਸ਼ਾਹ ਹੁਣ ਆਪਣੇ ਚਰਨਾਂ ਵਿੱਚ ਨਿਵਾਸ ਕਰ, ਇਹ ਭਾਣਾ ਮੰਨਣ ਦਾ ਬਲ ਸਾਰੇ ਪਰਿਵਾਰ ਨੂੰ ਬਖਸ਼ੇ। ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਾ ਹੈ ਕਿ ਇਹ ਇੰਡਸਟਰੀ ਦੇ ਖਿਲਾਫ ਹੈ, ਪਰ ਉਹ ਪਤਾ ਜੋ ਬੈਠੀ ਸਰਕਾਰ ਜੋ ਗੁਰੂ ਗ੍ਰੰਥ ਸਾਹਿਬ ਸਿੰਘ ਜੀ ਕਲਗੀ ਤਰਪਾਸ਼ਾ ਦੀ ਬਖਸ਼ੀ ਫਤਿਹ ਬੁਲਾਉਣ ਦੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਸੰਗਤ, ਆਪ ਨੇ ਲੰਮਾ ਸਮਾਂ ਗੁਰੂ ਦਰਬਾਰ ਥਾਲੀਆਂ ਭਰ ਕੇ ਗੁਰਬਾਣੀ ਦਾ ਰਸ ਤੇ ਨਾਲ ਕੀਰਤਨ ਸਰਵਣ ਕੀਤਾ। ਉਪਰੰਤ ਆਪ ਜੀ ਨੇ ਸਵਾਮੀ ਸ਼ਾਂਤਾਨੰਦ ਜੀ ਪਾਸੋਂ ਬਹੁਤ ਹੀ ਪਿਆਰ ਨਾਲ ਉਹਨਾਂ ਨੇ ਗੁਰਬਾਣੀ ਦੇ ਵਿੱਚੋਂ ਜੋ ਮੌਤ ਅਤੇ ਜੀਵਨ ਦੇ ਸੰਬੰਧ ਵਿੱਚ ਗੁਰੂ ਮਹਾਰਾਜ ਦਾ ਸੰਦੇਸ਼ ਆਪਾਂ ਨੇ ਸਰਵਣ ਕਰਵਾਇਆ। ਉਪਰੰਤ ਆਪਾਂ ਸਾਰਿਆਂ ਨੇ ਮਿਲ ਕੇ ਗੁਰੂ ਚਰਨਾਂ ਵਿੱਚ ਭੈਣ ਜੀ ਦਲਜੀਤ ਕੌਰ ਵਾਸਤੇ ਅਰਦਾਸ ਕੀਤੀ, ਜਦ ਕਿ ਬਾਅਦ ਬਖਸ਼ ਬੰਦੇ ਕੋਲ ਬਹੁਤ ਅਮਰਜਨ ਫੇਰਾ। ਉਸ ਤੋਂ ਬਾਅਦ ਅਲੱਗ ਅਲੱਗ ਬੁਲਾਰਿਆਂ ਨੇ ਪਰਿਵਾਰ ਬਾਰੇ ਬਹੁਤ ਕੁਛ ਕਿਹਾ, ਭੈਣ ਜੀ ਬਾਰੇ ਬਹੁਤ ਕੁਛ ਕਿਹਾ, ਮੇਰੇ ਵੀਰ ਗੁਰਸ਼ਰਨ ਸਿੰਘ ਜੀ ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਹਰ ਰੋਜ਼ ਅਖਬਾਰਾਂ ਕਿੰਨੇ ਦਿਨਾਂ ਦੀ ਸੰਘਰਸ਼ ਦੀ ਖਬਰ ਲੱਗਦੀ ਰਹੀ। ਜਲੰਧਰ ਵਾਸੀਆਂ ਲਈ, ਪੂਰੇ ਪੰਜਾਬ ਵਾਸੀਆਂ ਨੂੰ ਵੱਡੇ ਟੈਸਟ ਉਹਨਾਂ ਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਹ ਉਸ ਕੋਸ਼ਿਸ਼ ਕਾਮਯਾਬ ਵੀ ਹੋਏ ਆਪਣੇ ਸਾਥੀਆਂ ਨਾਲ ਲੈ ਕੇ। ਤੁਸੀਂ ਸਾਰੇ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਆਏ ਹੋ। ਹੁਣ ਇਹ ਗੱਲਾਂ ਹੋਈਆਂ ਸੀ, ਬਹੁਤ ਵੱਡਾ ਇਕੱਠ, ਵੱਡਾ ਇਕੱਠ ਹੋਣ ਦੇ ਕਈ ਕਾਰਨ ਹਨ। ਉਹ ਜਿੱਦਾਂ ਇਹਨਾਂ ਦਾ ਪਰਿਵਾਰ ਬੜਾ ਵੱਡਾ ਹੈ, ਆਪ ਫਿਰ ਸਾਰਾ ਪਰਿਵਾਰ ਬੜਾ ਵੱਡਾ ਹੈ, ਸਰਦਾਰ ਸਰੂਪ ਸਿੰਘ ਜੀ ਸਾਬਕਾ ਮੰਤਰੀ ਅਤੇ ਸਾਡੇ ਵਿੱਚ ਨਹੀਂ ਰਹਿ, ਇਹਨਾਂ ਦੇ ਸਰਦਾਰ ਸਾਹਿਬ ਸਰਦਾਰ ਜੋਤ ਸਿੰਘ ਜੀ, ਚਾਚਾ ਚਰਨ ਸਿੰਘ ਜੀ, ਇਹ ਸਾਰੇ ਬਹੁਤ ਵੱਡਾ ਭੈਣਾਂ ਪਰਿਵਾਰ, ਬਹੁਤ ਵੱਡਾ ਪਰਿਵਾਰ। ਫਿਰ ਇੱਥੇ ਜਲੰਧਰ ਵਾਸੀਆਂ ਦਾ ਬੜਾ ਵੱਡਾ ਪਰਿਵਾਰ, ਫਿਰ ਪੰਜਾਬ ਦਾ ਵੱਡਾ ਪਰਿਵਾਰ, ਜਿਹਨਾਂ ਵਾਸਤੇ ਇਹਨਾਂ ਨੇ ਸੰਘਰਸ਼ ਕੀਤਾ, ਉਹਨਾਂ ਸਾਰਿਆਂ ਦਾ ਜੋ ਤੁਸੀਂ ਇੱਥੇ ਆਏ ਹੋ ਪਰਿਵਾਰ ਨਾਲ ਹਮਦਰਦੀ ਪ੍ਰਗਟਣ ਵਾਸਤੇ, ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਹੈ। ਮੈਂ ਜਲੰਧਰ ਦੀਆਂ ਸਾਰੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਾ ਨੌਵੇਂ ਪਾਤਸ਼ਾਹ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਘਰ ਅੰਦਰ ਸਾਰਿਆਂ ਨੇ ਛੱਪ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂ